ਵੱਡਾ ਚੰਗਾ ਮਦੀਨੇ ਦੇ ਗਲੀਆਂ ਦੇ ਵਿੱਚ ਤੁਰਦਾ ਉਹਦੇ ਤੇ ਆਦਾ ਉਹਦੇ ਹਰ ਬੰਦੇ ਕੋ ਸਰ ਕਹਿਦਾ ਉਹਦੇ ਮਨ ਗਿਨੋ ਵਾਲੀ ਹੱਕ ਮੁਸਕਰਾ ਮੁਸਕਰਾ ਕੇ ਪੂਰੇ ਮਦੀਨੇ ਦੇ ਵਿੱਚ ਵਜਾ ਦੇ ਉਹਦੀ ਜ਼ਿੰਦਗੀ ਜਿੰਦਾ ਫਕੀਰ ਸੁਲਤਾਨ ਆਪ ਲਹਾ ਕੇ ਦਿੱਤੀ ਨਜ਼ਰ ਹੁਸੈਨ ਤੁਰਕ ਬੱਖਰ ਉਹਨੇ ਆਪ ਬਥਾਈ ਮੇਰੇ ਕੋਲ ਬਜ਼ੁਰਗਾਂ ਦੀ ਅਮਾਨਤ ਹੈ ਤੇ ਅਮਾਨਤ ਦਾ ਸਹੀ ਹੱਕਦਾਰ ਅਹਿਮਦ ਬਖਸ਼ ਬੈਠੇ ਮੁਹੰਮਦ ਮੁਸਤਫਾ ਨੇ ਪੁਲਾੜੋ ਨਵੀਨ ਪਰ ਖੜ ਕੇ ਤਾਕਤ ਦਸਾਵਾਂ ਰਸੂਲ ਮੁਅੱਜ਼ਮ ਦੀ ਪਹਿਲੂ ਰਾਸ ਤੇ ਸੱਜੇ ਪਾਸੇ ਚ ਅਲੀ ਪਾਤਸ਼ਾਹ ਖੜੇ ਹਨ ਪੁਲਾੜੋ ਨਵੀਨ ਪਰ ਰਸੂਲ ਸਵਾਰ ਹਨ ਨੇ ਖੈਬਰ ਦੇ ਦਰਵਾਜ਼ੇ ਕੋਲ ਪਟ ਕੇ ਮਾਰਿਆ ਤੇ ਹਾਲੇ ਤੱਕ ਨੀ ਵਾਪਸ ਵਲਿਆ ਇਹਦੀ ਤਾਕਤ ਵਾਲੇ ਅਲੀ ਤੋਂ ਰਸੂਲ ਸੱਜੇ ਡੌਲੇ ਚ ਪਕੜ ਕੇ ਇਵੇਂ ਚਾਹੇ ਜੀ ਰੁਸਤਮ ਜ਼ਮਾਨ 6 ਮਹੀਨੇ ਦੇ ਬਾਹਰ ਪੁੱਜੇ ਤੇ ਸੁਭਾਨ
پھر آدھا ہاتھ پکڑیا من کن تو مولا ہو فہذا علی مولا دے بعد پھر آدھا تعرف کرایا صحیح صرف نہیں دعا کرنے ہیں کیونکہ ٹائم اولے میدہ آئی تھے انعام پیر کیا پڑھن لیو پروگرام نبی شان دھرتی تے دادے مرحوم دے نوں سن سناواں سبحان اللہ اگر کال کر دی داد نے ملے تے بعد کتا پڑھنا پٹی صاحب دے اے نبی آں دا دربار ابو بے شمار دی لانا دے سبحان اللہ مختار سام رکھنا اے لئی نے کد مختار اللہ دا خانہ زاد مصطفیٰ دا دماغ جبرائیل دا استاد میرے حق دا فرما دے مختار پت تین لکھ تے آسی ہزار تین سو تین دشمن حسین مرے سے موت پچھے آسیا مختار دے ہر اللہ دا مارا ہک نہیں ول موت کی دوا گئی مارا ہک نہیں ول موت کی دوا گئی محنت کرنا تو قیمتی ٹائم گھن کے توجہ کریں گے آج حسین دادی نے میں پہلے ہل کے تو دعا دی ضرورت ہے سپاہی کو چاہ بھی دیتی آج من میرے مال خانے چ حسین تلوار چاہوا سپاہی تریا چاہ بھی لاوے تارا مرونے پڑھتے ہیں چابی نہ لگی جندر کون تالے کون لاک چابی نہ لگے واپس آیا ادیب نبی کابلت میں چھاوے غصے میں چھاوے چابی بھائی نہیں تھی آدھے وہ چابی ہے لفظ پتا پڑتا تھا اور ہم نے کہا میرے پاس ہے چابی ہوا ہے ان نالے جندرہ علاق کے تالوں نے کھلتا ہے ڈارے سیڑ پر جانے آن سپاہی کو دشمن نہیں آئی ابن زیاد کی آنکھ جا پا کر حرام زادہ جب چابی ہوا تو جگ رہتے علی دہتے
ਤੇ ਜਿੰਦਰ ਤੇ ਅਲੀ ਆਪਣੇ ਨਬੀ ਤਾਲਬ ਦਾ ਹੱਥ ਹੈ ਤਾਲਾ ਤੋੜਿਆ ਤਲਵਾਰ ਤੇ ਤਲਵਾਰ ਰਖਾਈ ਮੁਖਤਿਆਰ ਸਾਡਾ ਬਰਪੀ ਰੱਖ ਲੋ ਇਹ ਤਲਵਾਰ ਦੇ ਨਾਲ ਸਰ ਕਲਮ ਕਰਕੇ ਸਿਰ ਬਾਰ ਬਾਰ ਧਮਕੀ ਦਿੱਤੀ ਇਹ ਤਲਵਾਰ ਦੇ ਨਾਲ ਸਰ ਕਲਮ ਕਰਕੇ ਸਰ ਅਲੀ ਦਾ ਨੌਕਰ ਅਲੀ ਦਾ ਦੀਵਾਨਾ ਮੁਸਕਰਾ ਕਹਿੰਦੇ ਭਾਵੇਂ ਤਲਵਾਰ ਚਲਾਵੇ ਭਾਵੇਂ مزید دعا گنا سلوات پڑھو اچھی آواز مجلس پڑھ گئی تھی سی ہونے کا حکم ہے باپ ہونے کو دور ہیں ہوں میں اپنے بابے کے حصے کی مجلس پڑھتا سردار راضی تھی جگی جگی سلوات پڑھو تو سید بادشاہ پر دو من کنا دے سری زادی اوجے ونجرا علی دی بھی دی چٹی شام نو
ਸਾਂਝ ਮਾਰਿਓ ਵਾਲ ਜਬੂਰ ਦੇ ਮੱਲਾ ਵਜਣਾ ਦੇਖੀਏ ਸਯਦਾ ਦੇ ਪੁੱਪਿਓ ਸ਼ਾਨ ਆ ਗਈ ਬੀਬੀ ਅੱਜ ਮਾਰਿਓ ਅੱਜ ਪੁੱਪਿਓ ਮਾਮਲ ਦੇ ਪਾਸੇ ਨੀ ਠਹਿਰ ਅਸਾਂ ਪਿਓ ਪੁੱਤਰਾ ਲਿਖਿਆ ਬੰਦ ਪੜਦਾ ਸੀ ਬਿਲਕੁਲ ਗਰੀਬ ਤੋਂ ਕਵੈਣ ਕਰਨਾ ਚਾਹੁੰਦਾ ਜਿਹੜੀ ਬਾਬੇ ਦੇ ਨਾਲ ਨਾ ਹੀ ਬੁਲੈਂਦੀ ਰੋਣ ਵਾਲਾ ਨਜ਼ਾਰਾ ਆਖਰੀ ਔਖੇ ਤੇ ਭਾਵੇਂ ਸੌਖੇ ਫੁੱਟੀ ਮਰਨ ਦਾ ਹੋਰ ਬੰਦ ਪੜਦਾ ਜ਼ਿੰਦਗੀ ਦਾ ਪਤਾ ਨਹੀਂ ਔਖੇ ਤੇ ਭਾਵੇਂ ਸੌਖੇ ਬਾਜ਼ਾਰ ਅਬੂਰ ਕੀਤਾ ਸ਼ਾਮ ਦੇ ਵਿੱਚ ਬਾਬਾ ਨਜ਼ਫ ਅਲੀ ਸਾਈਂ ਤੁਹਾਡੀ ਡਾਡੀ ਕੋ ਏਡੀ ਮਹਿਮਾਨ ਨਵਾਜ਼ੀ ਮਿਲੀ ਬਜ਼ੁਰਗ ਪੜਦੇ ਏਡੀ ਫੁੱਲਾਂ ਦੀ ਬਾਰਿਸ਼ ਕੀਤੋ ਨੇ ਇਵੇਂ ਮਜਬੂਰ ਹੱਥ ਸਰ ਤਰ੍ਹਾਂ ਕੇ ਹੱਥ ਬਾਜ਼ਾਰ ਚ ਬੀਬੀ ਆ ਲਿਆ ਬਹਿ ਜਿਹੜੀ ਬਾਬੇ ਦੇ ਨਾਲ ਲਈ ਬੁਲੈਂਦੀ ਆਖਰੀ ਦਰਬਾਰ ਇਹ ਲਈ ਤਖਤ ਬਹਿ ਕੇ ਪੁੱਜਦਾ ਬੇੜੇ ਫੀ ਬਤੂਗੀ ਤੇਰੇ ਭੁਲਾ ਮਾਰੇ ਤੇਰੇ ਬਦਰੀ ਜੇ ਮਾਰੇ ਤੇਰੇ ਮਹਿਮਾਨ ਮਾਰੇ ਸਭ ਤੋਂ ਤਕਲੀਫ ਕਿੱਥੇ ਦਿੱਤੀ ਆਈ ਇਸ ਤਕਲਾਲ ਦੀ ਮਲਕਾ ਇਹ ਲਹੀਨ ਦੇ ਪਾਸੇ ਦੇ ਕਦੇ ਆ ਮੌਤ ਵਧੀ Yeah.